ਹਾਂ ਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਵੀਡੀਓ ਦੋਸਤੋ ਘਰੇਲੂ ਘਰ ਦੇ ਵਿੱਚੋਂ ਆਪਾਂ ਬਣਾਉਣ ਜਾ ਰਹੇ ਹਾਂ, ਅਤੇ ਮੇਰੇ ਪਿੰਡ ਤੋਂ ਇਹ ਵੀਡੀਓ ਆ ਦੋਸਤੋ। ਅਤੇ ਮੇਰੇ ਨਾਲ ਵੀਰ ਹਰਪ੍ਰੀਤ ਹੋਵੇਗਾ ਦੋਸਤੋ। ਵੀਰ ਹਰਪ੍ਰੀਤ ਨੰਬਰਦਾਰ ਆ ਵੀਰ ਆਪਣੇ ਪਿੰਡ ਦਾ, ਅਤੇ ਪੂਰੀ ਡਿਟੇਲ ਦੋਸਤੋ ਆਪਾਂ ਵੀਰ ਹਰਪ੍ਰੀਤ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਘਰੇਲੂ ਘਰ ਦੇ ਵਿੱਚੋਂ ਦੋਸਤੋ ਇਹ ਆਪਾਂ ਤੁਹਾਨੂੰ ਮੱਝ ਦਿਖਾ ਦਾਂਗੇ, ਤਹਿਸੀਲ ਜੀਰਾ, ਜ਼ਿਲ੍ਹਾ ਫਿਰੋਜ਼ਪੁਰ, ਮਖੂ ਤੋਂ ਕੋਈ 2 ਕਿਲੋਮੀਟਰ ਦੀ ਦੂਰੀ ਆ। ਜਦੋਂ ਆਪਾਂ ਦੋਸਤੋ ਮਖੂ ਤੋਂ ਅੰਮ੍ਰਿਤਸਰ ਵਾਲਾ ਰੋਡ ਆਉਂਦੇ ਹਾਂ, ਅਤੇ ਮਖੂ ਤੋਂ 2 ਕਿਲੋਮੀਟਰ ਦੀ ਦੂਰੀ 'ਤੇ ਪਿੰਡ ਮੌਜਗੜ੍ਹ ਤੁਸੀਂ ਵਿਜਿਟ ਕਰਨੀ ਆ। ਇਸ ਕਰਕੇ ਦੋਸਤੋ ਪਹਿਲਾਂ ਆਪਾਂ 2-3 ਵੀਡੀਓ ਪਾਈਆਂ ਨੇ, ਜਦੋਂ ਮਾਲ ਬਿਲਕੁਲ ਟੁੱਕਾ ਹੁੰਦਾ ਤਿਆਰੀ ਵਾਲਾ, ਤਾਂ ਵੀਰ ਘਰੋਂ ਜਿਹੜਾ ਪਸ਼ੂ ਕੋਈ ਸੇਲ ਕਰ ਦਿੰਦਾ। ਅਤੇ ਅੱਜ ਇਹ ਮੱਝ ਆਪਾਂ ਤੁਹਾਨੂੰ ਦਿਖਾਵਾਂਗੇ, ਪਹਿਲੇ ਸੂਬੇ ਤੋਂ ਲੈ ਕੇ ਜਿੰਨੇ ਸੂਬੇ ਵੀਰ ਨੇ ਬਿਲਕੁਲ ਘਰੇ ਚਬਾਈ ਕੀਤੀ ਆ, ਉਹਦੀ ਡਿਟੇਲ ਆਪਾਂ ਤੁਹਾਡੇ ਸਾਹਮਣੇ ਰੱਖ ਦਿਆਂਗੇ। ਸੋ ਭਾਪੜ ਤਾਂ ਬਿਲਕੁਲ ਜਾਇਜ਼ ਅਤੇ ਜੈਨੂਅਨ ਹੋਊਗਾ, ਸੋ ਕਿੰਨਾ ਮੁੱਲ ਰਹੂਗਾ ਪੂਰੀ ਡਿਟੇਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ। ਅੱਜ ਤਰੀਕ ਦੋਸਤੋ 30 ਜੁਲਾਈ ਆ, ਅਤੇ ਸਮਾਂ ਮੋਰਨਿੰਗ ਦੇ ਕੋਈ 8:30 ਵਜੇ ਦਾ। ਮੱਝ ਗੱਭਣ ਆ, ਕੋਈ ਵੀਰ ਤਿਪ ਕੇ ਭਰਾ ਕੇ ਆਪਣੀ ਤਸੱਲੀ ਕਰ ਸਕਦਾ ਘਰ ਆਣ ਕੇ। ਪੂਰੀ ਗੱਲਬਾਤ ਕਰਦੇ ਹਾਂ ਵੀਰ ਹਰਪ੍ਰੀਤ ਦੇ ਨਾਲ। ਸਭ ਤੋਂ ਪਹਿਲਾਂ ਵੀਰ ਹਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅੱਛਾ ਵੀਰ ਹਰਪ੍ਰੀਤ, ਜਿੱਦਾਂ ਆਪਾਂ ਜ਼ਿਕਰ ਕੀਤਾ ਮਾਲ, ਮੈਨੂੰ ਲੱਗਦਾ ਕਈ ਵਾਰ ਆਪਾਂ ਜਦੋਂ ਪੂਰਾ ਤਿਆਰੀ 'ਤੇ ਹੁੰਦਾ ਆ, ਹਾਂਜੀ ਹਾਂਜੀ, ਉਦੋਂ ਇੱਕ ਅੱਧੀ ਮੱਝ ਆਪਾਂ ਸੇਲ ਕਰਦੇ ਨੇ ਸਾਲ ਬਾਅਦ। ਘਰੇਲੂ ਮੱਝਾਂ ਹੀ ਆਪਾਂ ਕੋਈ ਸਾਲ ਪਿੱਛੋਂ ਜਾਂ 2 ਸਾਲਾਂ ਪਿੱਛੋਂ ਇੱਕ ਮੱਝ ਵੇਚ ਲਈ ਜੀ। ਠੀਕ ਹੈ ਜੀ। ਅੱਛਾ ਵੀਰ ਹਰਪ੍ਰੀਤ, ਅੱਜ ਜਿਹੜੀ ਆਪਣੀ ਇਹ ਮੱਝ ਸੇਲ ਕਰਦੇ ਪਏ ਆ, ਹਾਂਜੀ ਹਾਂਜੀ, ਤੇ ਇਹ ਮੈਨੂੰ ਲੱਗਦਾ ਵੀ ਆਪਾਂ ਪਹਿਲੇ ਸੂਬੇ ਤੋਂ ਲੈ ਕੇ ਅੱਜ ਤੱਕ ਇਹ ਘਰ ਦੀ ਝੋਟੀ ਦੀ ਮਾਂ ਵੀ ਹੀ ਆਪਣੇ ਕੋਲ, ਦਾਦੀ ਤੱਕ ਆਪਣੇ ਕੋਲ ਸੀ। ਠੀਕ ਹੈ ਜੀ। ਤੇ ਇਹ ਹੁਣ ਚੌਥੇ ਸੂਬੇ ਆ। ਠੀਕ ਹੈ ਜੀ। ਹੋ ਚੁੱਕੀ ਆ ਹੁਣ ਇਸ ਵਾਰ ਜਿਹੜਾ ਚੌਥਾ ਸੂਆ ਸੁਣਾ ਇਹਨੇ। ਹਾਂਜੀ ਹਾਂਜੀ। ਤੇ ਸਮਾਂ ਵੈਸੇ ਕਿੰਨਾ ਕੁ ਜੇ ਪਿਆ ਸੁਣ ਤੇ? ਅਜੇ 4 ਦਿਨ ਇਹ ਲਵੇਗੀ, 4 ਦਿਨ ਪੂਰੇ ਹੋਣ ਤੇ। ਠੀਕ ਹੈ ਜੀ। ਉੱਤੇ ਲੈ ਜੇ ਜੋ ਵੱਖਰੇ ਆ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਪਿਛਲੇ ਸੂਬੇ ਵੀਰ ਹਰਪ੍ਰੀਤ ਕਿੰਨਾ ਕੁ, ਵੈਸੇ ਚਲੋ ਜੈਨੂਅਨ ਕਿੰਨਾ ਕੁ ਆਪਣੇ ਘਰੇ ਦੁੱਧ ਦਾ 11 12 ਕਿਲੋ ਦਿੱਤੀ ਜਾਂਦੀ ਹੈ? ਤੇ 11 12 ਕਿਲੋ। ਠੀਕ ਹੈ ਜੀ। ਲਓ ਦੋਸਤੋ ਚੌਥਾ ਸੂਬਾ ਇਸ ਮੱਝ ਨੇ ਸੁਣਾ ਹੈ, ਤੇ ਬਿਲਕੁਲ ਘਰ ਦੀ ਜੰਪਲ ਆ। ਇਸੀ ਮਦਰ ਵੀ ਵੀਰਾਂ ਦਾ ਵੀ ਆਪਾਂ ਘਰੇ ਚਬਾਈ ਕੀਤੀ ਸੀ, ਤੇ ਘਰੇ ਕੱਟੀ ਪਾਲੀ ਸਾਂਭੀ ਆਪਾਂ। ਪਹਿਲਾ ਦੂਜਾ ਤੀਜਾ ਸੂਬਾ ਘਰੇ ਚਵਾਈ ਕੀਤੀ ਆ, ਕੋਈ 11-12 ਲੀਟਰ ਦੀ ਚਵਾਈ ਆ, ਪਿਛਲੇ ਸੂਬਿਆਂ ਦੀ ਇਹਨੇ ਕਰਵਾਈ ਆ। ਅਤੇ ਕੱਦ ਜਿਹੜਾ ਦੋਸਤੋ ਵੱਡਾ, ਥੋੜ੍ਹੀ ਜਿਹੀ ਵੀਰਾਂ ਦਾ ਵੀ ਸਾਂਭਣ ਵਾਲੇ ਪਾਸੇ ਥੋੜ੍ਹਾ ਜਿਹਾ ਕੇਅਰ ਥੋੜ੍ਹੀ ਘੱਟ ਹੋਈ ਆ, ਬਾਕੀ ਥੋੜ੍ਹੇ ਲਸੇਰੇਪਣ ਦੇ ਰਹੀ ਆ। ਅਤੇ ਚੌਥਾ ਸੂਬਾ ਬਾਕੀ ਥਾਣ ਦੇ ਵੇ ਦੀ ਇੱਕ ਵਾਰੀ ਤੁਹਾਨੂੰ ਬੈਕ ਸਾਈਡ ਤੋਂ ਆਪਾਂ ਦਿਖਾ ਦਿੰਦੇ ਹਾਂ। 4 ਦਿਨ ਹਜੇ ਪਏ ਇਹਦੇ ਸੂਣ ਦੇ ਵਿੱਚ, ਆਹ ਦੇਖੋ ਜੀ। ਅੱਛਾ ਵੀਰ ਹਰਪ੍ਰੀਤ, ਤੁਸੀਂ ਥਾਣਾਂ ਦੀ ਮਾੜੀ ਦੱਸ ਰਹੇ ਸੀ ਵੀ ਅਗਲੇ ਥਾਣਾ ਉਲਟ ਪੈਣੀ ਵਾਲੇ, ਅਗਲੇ ਥਾਣ ਦੇ ਵਿੱਚ ਥਾਣਾ ਧਾਰਾ ਘੱਟ। ਇਹ ਜਿਹੜਾ ਆਪਣਾ ਉਰਲਾ ਥਾਣੇ ਦੂਜੇ ਬੰਨੇ ਵਾਲਾ, ਹਾਂਜੀ, ਇਹ ਥੋੜਾ ਛੋਟਾ, ਹਾਂਜੀ, ਥਾਣ ਉਹ ਵੇਖਣ ਲੱਗਦਾ ਥੋੜਾ ਛੋਟਾ ਵਿਖਾਉਂਦੀ ਆ, ਧਾਰਾਂ 'ਚ ਵੀ ਫਰਕ ਹੋਊਗਾ ਫਿਰ। ਧਾਰਾਂ, ਹਾਂਜੀ, 1-2-4 ਤਾਰਾਂ ਘੱਟ ਏ। ਠੀਕ ਆ ਜੀ, ਚੱਲਦਾ ਸਹੀ ਆ ਥਾਣ, ਠੀਕ ਆ, ਕੋਈ ਨੁਕਸ ਨਹੀਂ। ਤਿਪਣ ਤੁਪਣ ਵੀ ਆਣ ਪੂਰੀ ਤਸੱਲੀ ਨਾਲ ਵਰਦਾ ਹੋਊਗਾ ਪੂਰਾ। ਹਾਂਜੀ ਹਾਂਜੀ, ਪੂਰਾ ਜੀ, ਪੂਰਾ ਧਾਰ ਮੋਟੀ। ਠੀਕ ਆ ਜੀ, ਇਹ ਕੋਈ ਵੀ ਆ ਗਿਆ ਆਪਦੀ, ਬਿਲਕੁਲ ਜੀ, ਬਿਲਕੁਲ। ਲਓ ਦੋਸਤੋ ਕਿਸੇ ਵੀਰ ਨੇ ਆਪਣੀ ਤਸੱਲੀ ਤੁਸੀਂ ਕਰ ਹੀ ਲੈਣੀ ਆ, ਤਿਪ ਕੇ ਇੱਕ ਵਾਰੀ ਵੀਰ ਹਰਪ੍ਰੀਤ ਖੋਲ ਕੇ ਦਿਖਾ ਦਈਏ। ਸੋ ਉਲਟ ਪੈਣੀ ਦਾ ਜਿਹੜਾ ਦੋਸਤੋ ਅਗਲਾ ਥਾਣਾ, ਉਹ ਤੇ ਵੀਰਾਂ ਦਾ ਕੋਈ 4-5 ਧਾਰਾਂ। ਹਾਂ, ਤੋਰ ਲਿਆ ਜੀ ਹਰਪ੍ਰੀਤ, ਲੰਮਾ ਤੋਰ ਲਿਆ ਜੀ। ਵੈਸੇ ਵਿਖਾ ਲਾ ਜਿਹੜਾ ਦੋਸਤੋ ਬੈਕ ਸਾਈਡ ਤੋਂ ਇੱਕ ਸਾਰਾ। ਸੋ 4 ਕੁ ਦਿਨ ਦਾ ਹਜੇ ਸਮਾਂ, ਚਾਹੇ ਲਿਖਤੀ ਚਾਹੇ ਵੀਰ ਉਹਨਾਂ ਲਿਖਿਆ ਵੀ ਆ, ਵੈਸੇ ਯਾਦ ਵੀ ਆ ਬਿਲਕੁਲ, ਕਿਉਂਕਿ ਪਰਮਾਨੈਂਟਲੀ ਜਿਹੜਾ ਦੋਸਤੋ ਪਸ਼ੂ ਪਾਲਣ ਦਾ ਵੀਰ ਹੋਣੀ ਕੰਮ ਕਰਦੇ ਆ ਰਹੇ ਆ, ਠੀਕ ਹੈ ਜੀ। ਸੋ ਡੇਅਰੀ ਦਾ ਕੰਮ ਕਰਦੇ ਆ ਰਹੇ ਆ, ਜਦੋਂ ਪਸ਼ੂ ਬਣਦਾ ਹੈ ਉਹਦੀ ਤਰੀਕ, ਵੈਸੇ ਵਾਰ ਚਾਹੇ ਦੇਸੀ ਮਹੀਨੇ ਦੇ ਨਾਲ ਪੂਰਾ ਯਾਦ ਹੁੰਦਾ। ਅਤੇ 4 ਕੁ ਦਿਨ ਹਜੇ ਪਏ ਦੇ ਸੂਣ ਦੇ ਵਿੱਚ, ਠੀਕ ਹੈ ਜੀ। ਸੋ ਕਈ ਵਾਰ ਪਸ਼ੂ ਦੋਸਤੋ 1-2 ਦਿਨ ਉੱਪਰ ਵੀ ਲੈ ਕੇ ਜਾ ਸਕਦਾ, ਕੋਈ 4-5 ਕੁ ਦਿਨ ਦਾ ਆਈਡੀਆ ਤੁਸੀਂ ਮੰਨ ਲਿਓ, ਠੀਕ ਹੈ। ਠੀਕ ਹੈ ਦੋਸਤੋ, ਇਹ ਡਿਟੇਲ ਆ ਇਸ ਮੱਝ ਦੀ, ਠੀਕ ਹੈ ਜੀ। ਬਾਕੀ
ਮੱਝ ਚੰਗੀ ਆ, ਕੋਈ ਵੀਰ ਇੱਥੇ ਆਉਂਦਾ ਆਪਾਂ ਹਰ ਵਾਰ ਕਹਿੰਦੇ ਹਾਂ, ਚਾਹੇ ਦੋਸਤੋ ਆਪਾਂ ਆਪਦੇ ਘਰ ਤੋਂ ਵੀਡੀਓ ਬਣਾ ਰਹੇ ਹਾਂ ਤੇ ਆਪਾਂ ਜ਼ਰੂਰ ਇਹ ਤੁਹਾਨੂੰ ਕਹੀਦਾ ਵੀ ਆਪਣੀ ਚੌਂ ਥਣ ਦੀ ਤਿਪ ਕੇ ਤਸੱਲੀ ਪਹਿਲਾਂ ਕਰ ਲਿਓ, ਠੀਕ ਆ। ਤੇ ਬਾਕੀ ਸਿੰਗਲ ਹੱਡੀ ਦੇ ਵਿੱਚ ਆ ਤੇ ਚੌੜੀ ਉੱਪਰੋਂ ਪੂਰੀ ਆ, ਠੀਕ ਆ ਜੀ, ਪਿੱਠ ਪੁੜੇ ਤੋਂ ਪੂਰੀ ਚੌੜੀ ਆ, ਠੀਕ ਆ ਜੀ। ਦੁੱਧ 11-12 ਲੀਟਰ ਕਰਮ ਵਾਲੀ ਚਵਾਈ ਚੱਲੂਗੀ, ਚੰਗੀ ਸੇਵਾ ਰਹੀ ਕਿਸੇ ਵੀਰ ਦੀ। ਅੱਛਾ ਵੀਰ ਹਰਪ੍ਰੀਤ, ਮਿਲਦੀ ਬਿਲਕੁਲ ਲੌਂਗ ਟਾਈਮ ਜਾਂ ਲੰਮਾ ਟਾਈਮ ਹੀ ਮਿਲਦੀ? ਹਾਂਜੀ ਹਾਂਜੀ, ਮਿਲਦੀ ਜਦੋਂ ਬੰਦਾ ਚੋਲਿਆ ਜਨਾਨੀ। ਕਈ ਵਾਰ ਉਹਦਾ ਪਸ਼ੂ ਚਲੋ ਲੱਗਣ ਬਣ ਤੋਂ ਬਾਅਦ ਕਹਿੰਦਾ ਥੋੜਾ ਜਿਹਾ ਬਹੁਤ ਮਿੱਠੀ ਹੈ ਕਿਲੋ, ਜਿੰਨੇ ਚਿਰ ਤੱਕ ਆਪਾਂ ਚੋਈ ਜਾਵਾਂਗੇ ਉਹਨਾਂ ਚਿਰ ਮਿਲੀ ਜਾਈ। ਅੱਛਾ ਅੱਛਾ, ਇਹ ਤਾਂ ਕੋਈ ਕੱਟੀ ਕੁੱਟੀ ਵੀ ਆਈ ਸੀ ਆਪਣੇ ਕੋਲ ਪਹਿਲਾਂ? ਕਿ ਕੱਟੀਆਂ ਹੈਗੀਆਂ, ਵੇਚ ਬੂਚ ਲਈਆਂ। ਵੇਚ ਬੂਚ ਲਈਆਂ ਨੇ ਤੇ ਬਾਅਦ ਭਾੜੇ ਭੂੜੇ ਤੇ ਵੀ ਆ ਜਾਂਦੀ ਜਲਦੀ ਕਿ ਕਿਹੜਾ ਬੱਚੇ ਬੁੱਚੇ ਨੂੰ। ਮਿਲਦੀ ਕੋਈ ਚੱਕਰ ਨਹੀਂ। ਅੱਛਾ ਹਰਪ੍ਰੀਤ ਵੀਰੇ, ਕੀ ਮੁੱਲ ਕਰਦਾ ਇਹਦਾ? ਮੁੱਲ ਬਿਲਕੁਲ ਨਜਾਇਜ਼ ਕਰਦੇ, 60,000 ਰੁਪਏ ਆਪਾਂ ਮੁੱਲ ਹੀ ਕਰਦੇ ਹਾਂ। 60,000 ਬਿਲਕੁਲ ਲੈਣ ਦੇਣ ਵਾਲੀ ਗੱਲ ਹੈ। 60,000, ਠੀਕ ਆ ਜੀ, ਜ਼ਿਆਦਾ ਮੁੱਲ ਨਹੀਂ ਕਰਦੇ ਆਪਾਂ, ਠੀਕ ਹੈ ਜੀ। ਤਾਂ ਦੋਸਤੋ 60,000 ਦੇ ਵਿੱਚ ਤੁਹਾਨੂੰ ਇਹ ਜਿਹੜੀ ਮੱਝ ਮਿਲ ਜੂਗੀ, ਚੌਥਾ ਸੂਆ ਸੂਣਾ ਮੱਝ ਨੇ। ਬਾਕੀ ਬੈਕ ਸਾਈਡ ਤੋਂ ਤੁਸੀਂ ਵੇਖ ਸਕਦੇ ਜੇ ਵੀ ਦੋ ਚੌ ਦਿਨਾਂ ਦੀ ਵੇਰ ਬਣ ਜੇਗੀ ਹੋਰ ਮੱਝ। ਅਜੇ 4 ਦਿਨਾਂ 'ਚ ਪੂਰੀ ਤਿਆਰੀ ਕਰ ਜੂਗੀ, ਠੀਕ ਹੈ। ਤੋ ਇਧਰੋਂ ਆਪਾਂ ਤੁਹਾਨੂੰ ਥਾਂ ਥੋਂ ਇੱਕ ਵਾਰੀ ਦਿਖਾ ਦਈਏ। ਹਾਂ ਠੀਕ ਹੈ ਜੀ, ਠੀਕ ਹੈ ਜੀ। ਲਓ ਦੋਸਤੋ, ਫਿਲਹਾਲ ਅੱਜ ਇਸ ਕਵਰੇਜ ਦੇ ਵਿੱਚ ਇੱਕ ਇਹ ਮੱਝ ਆਪਾਂ ਤੁਹਾਨੂੰ ਦਿਖਾਉਣੀ ਸੀਗੀ, ਘਰੇਲੂ ਮੱਝ ਆ। ਸੋ ਸਟਾਰਟਿੰਗ ਪਹਿਲੇ ਦੂਜੇ ਤੀਜੇ ਸੂਬੇ ਘਰੇ ਚਵਾਈ ਹੋਈ ਆ। ਸੋ ਚਾਹਵਾਨ ਵੀਰ ਤੁਸੀਂ ਸੰਪਰਕ ਕਰ ਲਿਓ, ਬਾਕੀ ਰੇਟ ਤੁਹਾਡੇ ਨਾਲ ਆਪਾਂ ਸਾਂਝਾ ਕਰਤਾ। ਹਰਪ੍ਰੀਤ ਇੱਕ ਨੰਬਰ ਬੋਲ ਦਈਏ ਵੀਰ, ਆਪਣਾ ਨੰਬਰ ਆ 84-61-48-63-607। ਹਾਂਜੀ, 48-307, ਠੀਕ ਹੈ ਜੀ, 84-61-48-307, ਠੀਕ ਹੈ ਜੀ। ਲਓ ਦੋਸਤੋ, ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇੰਨਾ ਸੀਗਾ ਤੇ ਇੱਕ ਵਾਰੀ ਐਡਰੈਸ ਆਪਾਂ ਤੁਹਾਨੂੰ ਫਿਰ ਕਨਫਰਮ ਕਰਾ ਦਿੰਦੇ ਹਾਂ। ਪਿੰਡ ਮੌਜਗੜ ਨੇੜੇ ਮਖੂ, 2 ਕਿਲੋਮੀਟਰ ਦੀ ਦੂਰੀ 'ਤੇ ਮਖੂ ਰਹਿ ਜਾਂਦਾ। ਹਰੀਕਾ ਪੱਤਣ ਕੋਈ 4-5 ਕਿਲੋਮੀਟਰ ਦੀ ਦੂਰੀ ਆ ਅਤੇ ਜੀਰੇ ਸ਼ਹਿਰ ਤੋਂ ਕੋਈ 15-16 ਕਿਲੋਮੀਟਰ ਦੀ ਦੂਰੀ ਆ ਪਿੰਡ ਮੌਜਗੜ ਦੀ, ਠੀਕ ਆ ਜੀ। ਅਤੇ ਫਿਰੋਜ਼ਪੁਰ ਤਕਰੀਬਨ ਕੋਈ 52-55 ਕਿਲੋਮੀਟਰ ਦੀ ਦੂਰੀ ਆ। ਸੋ ਨੰਬਰ ਸਕਰੀਨ ਦੇ ਉੱਪਰ ਲੱਗਾ। ਸੋ ਵੀਡੀਓ ਵੱਧ ਤੋਂ ਵੱਧ ਅੱਗੇ ਦੋਸਤੋ ਸ਼ੇਅਰ ਕਰ ਦਿਓ, ਨਵੇਂ ਫਾਰਮਰ ਵੀਰਾਂ ਤੱਕ ਜਿਹੜੀ ਇਹ ਕਵਰੇਜ ਪਹੁੰਚ ਸਕੇ। ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ। ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।